ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਇੱਕ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਵੀਡੀਓ ਲੈ ਕੇ ਆਏ ਹਾਂ। ਕਿਵੇਂ ਤੁਸੀਂ ਆਸਟ੍ਰੇਲੀਅਨ ਆਰਮੀ ਜੁਆਇਨ ਕਰ ਸਕਦੇ ਹੋ। ਇਹ ਵੀਡੀਓ ਨੇਵੀ, ਆਰਮੀ ਅਤੇ ਏਅਰਫੋਰਸ ਤਿੰਨੇ ਚੀਜ਼ਾਂ ਕਵਰ ਕਰੇਗੀ ਕਿ ਤਿੰਨਾਂ ਦੇ ਵਿੱਚ ਭਰਤੀ ਹੋਣ ਦਾ ਪ੍ਰੋਸੈਸ ਸੇਮ ਹੀ ਹੈ। ਤੁਸੀਂ ਬੇਸਿਕਲੀ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਵਿੱਚ ADF ਦੇ ਵਿੱਚ ਭਰਤੀ ਹੋਣਾ ਚਾਹੁੰਦੇ ਹੋ। ਬਹੁਤ ਹੀ ਸ਼ਾਨਦਾਰ ਜੌਬ ਹੈ, ਸਪੈਸ਼ਲੀ ਜੇ ਤੁਸੀਂ ਬਹੁਤ ਯੰਗ ਹੋ, 15-16 ਸਾਲ ਉਮਰ ਹੈ ਤੁਹਾਡੀ, ਆਸਟ੍ਰੇਲੀਅਨ ਸਿਟੀਜ਼ਨ ਹੋ ਅਤੇ ਤੁਹਾਨੂੰ ਅੱਗੇ ਥੋੜ੍ਹਾ ਜਿਹਾ ਡਿਸਾਈਡ ਨਹੀਂ ਕਰ ਪਾ ਰਹੇ ਕਿ ਤੁਸੀਂ ਫਿਊਚਰ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ, ਮੈਂ ਹਾਈਲੀ ਰੈਕਮੈਂਡ ਕਰਾਂਗਾ ਕਿ ਤੁਸੀਂ ਆਸਟ੍ਰੇਲੀਅਨ ਡਿਫੈਂਸ ਫੋਰਸ ਜੁਆਇਨ ਕਰੋ। ਕਿਉਂਕਿ ਜੌਬ ਦੇ ਵਿੱਚ ਤੁਹਾਨੂੰ ਸਿੱਖਣ ਲਈ ਜੋ ਚੀਜ਼ਾਂ ਮਿਲਦੀਆਂ ਨੇ ਉਹ ਤੁਹਾਨੂੰ ਕਿਤੇ ਹੋਰ ਨਹੀਂ ਮਿਲ ਸਕਦੀਆਂ। ਨਾਲ ਨਾਲ ਤੁਸੀਂ ਸਿੱਖਦੇ ਹੋ, ਨਾਲ ਨਾਲ ਤੁਸੀਂ ਪੈਸੇ ਵੀ ਕਮਾਉਂਦੇ ਹੋ, ਤੁਹਾਡਾ ਬ੍ਰੇਨ ਐਂ ਸ਼ਾਰਪ ਹੋ ਜਾਂਦਾ। ਕਿ ਦੂਸਰਾ ਨੰਬਰ, ਜੇਕਰ ਤੁਸੀਂ ਬਾਕੀ ਜੌਬਾਂ ਕਰ ਕਰਕੇ ਅੱਕ ਚੁੱਕੇ ਹੋ ਤਾਂ ਤੁਸੀਂ ਕੋਈ 5-4 ਸਾਲ ਇਸ ਜੌਬ ਦੇ ਵਿੱਚ ਲਾ ਲਓ ਅਤੇ ਤੁਹਾਡੀ ਜਿਹੜੀ ਲਾਈਫ ਨੂੰ ਇੱਕ ਡਾਇਰੈਕਸ਼ਨ ਮਿਲ ਜਾਂਦੀ ਹੈ। ਆਸਟ੍ਰੇਲੀਅਨ ਆਰਮੀ ਦੇ ਵਿੱਚ ਇਹ ਨਹੀਂ ਹੈਗਾ ਕਿ ਤੁਹਾਨੂੰ 15 ਸਾਲ ਤੁਸੀਂ ਜੌਬ ਕਰਨੀ ਹੀ ਕਰਨੀ ਹੈ, ਤੁਸੀਂ ਬੇਸ਼ੱਕ 2 ਸਾਲ ਜੌਬ ਕਰਕੇ ਛੱਡ ਦਿਓ। ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਜੌਬ ਸਿਲੈਕਟ ਕੀਤੀ, ਉਹਦੇ 'ਚ ਆਪਾਂ ਕੀ ਡਿਟੇਲ 'ਚ ਗੱਲ ਕਰਾਂਗੇ। ਤੁਸੀਂ 2 ਸਾਲ ਕਰਕੇ ਵੀ ਛੱਡ ਸਕਦੇ ਹੋ, 5 ਸਾਲ, 10 ਸਾਲ, ਜਿੰਨੀ ਦੇਰ ਤੁਸੀਂ ਕਰਨੀ ਹੈ ਕਰਕੇ ਜੌਬ ਤੁਸੀਂ ਛੱਡ ਸਕਦੇ ਹੋ। ਦੂਸਰਾ ਨੰਬਰ, ਤੁਸੀਂ ਹਫ਼ਤੇ ਦੇ ਵਿੱਚ ਸਿਰਫ 1 ਦਿਨ ਵੀ ਤੁਸੀਂ ਜੌਬ ਕਰ ਸਕਦੇ ਹੋ। ਫੋਰ ਐਗਜ਼ਾਮਪਲ, ਤੁਸੀਂ ਔਲਰੇਡੀ ਮਤਲਬ ਲੋਕਲ ਟ੍ਰੇਨ ਜਿਹੜੀ ਉਹਦੇ ਨਾਲ ਤੁਸੀਂ ਕੰਮ ਕਰਦੇ ਹੋ, ਤੁਸੀਂ ਕਹਿੰਦੇ ਹੋ ਕਿ ਮੈਂ ਇਹ ਵੀ ਜੌਬ ਨਹੀਂ ਛੱਡਣਾ ਚਾਹੁੰਦਾ ਇਸ ਕਰਕੇ ਮੈਂ ਆਰਮੀ ਜੁਆਇਨ ਨਹੀਂ ਕਰਾਂਗਾ, ਪਰ ਤੁਹਾਡਾ ਮਨ ਬਹੁਤ ਕਹਿ ਰਿਹਾ ਕਿ ਆਰਮੀ ਦਾ ਇੱਕ ਵਾਰੀ ਸਵਾਦ ਵੇਖਣਾ ਕਿੱਦਾਂ ਦੀ ਜੌਬ ਹੈ, ਤੁਸੀਂ ਐਜ਼ ਏ ਰਿਜ਼ਰਵ ਤੁਸੀਂ ਜੌਬ ਜੁਆਇਨ ਕਰ ਸਕਦੇ ਹੋ। ਉਹਦੇ ਲਈ ਤੁਹਾਨੂੰ ਸਿਰਫ ਹਫ਼ਤੇ ਦੇ ਵਿੱਚ 1 ਦਿਨ ਹੀ ਪਰੇਡ ਕਰਨੀ ਪਏਗੀ। ਪਰੇਡ ਦਾ ਮਤਲਬ ਵੀ 1 ਦਿਨ ਹੀ ਡਿਊਟੀ 'ਤੇ ਤੁਹਾਨੂੰ ਜਾਣਾ ਪਏਗਾ ਅਤੇ ਬਾਕੀ ਦਿਨ ਤੁਸੀਂ ਜਿਹੜੀ ਦੂਸਰੀ ਜੌਬ ਕਰ ਸਕਦੇ ਹੋ ਜਿਹੜੀ ਤੁਸੀਂ ਔਲਰੇਡੀ ਕਰ ਰਹੇ ਹੋ। ਅੱਗੇ ਇੱਕ ਆਪਣਾ ਹੈਗਾ ਗੈਪ ਈਅਰ, ਜੇ ਕੋਈ ਤੁਸੀਂ ਸਿਰਫ ਸਵਾਦ ਹੀ ਵੇਖਣਾ, ਤੁਸੀਂ ਸਟੱਡੀ ਫਿਨਿਸ਼ ਕੀਤੀ ਅਤੇ ਤੁਸੀਂ ਤੁਹਾਨੂੰ ਕੋਈ ਡਾਇਰੈਕਸ਼ਨ ਨਹੀਂ ਮਿਲ ਰਹੀ, ਤੁਸੀਂ ਆਪਣੇ ਮਾਇੰਡ ਨੂੰ ਥੋੜ੍ਹਾ ਰਿਲੈਕਸ ਕਰਨਾ ਚਾਹੁੰਦੇ ਹੋ, ਤੁਸੀਂ ਇਹ ਗੈਪ ਈਅਰ ਵਾਲੀ ਆਪਸ਼ਨ ਵੀ ਚੂਜ਼ ਕਰ ਸਕਦੇ ਹੋ। ਉਹਦੇ ਲਈ ਤੁਸੀਂ ਸਿਰਫ 1 ਸਾਲ ਜੌਬ ਕਰਨੀ, 1 ਸਾਲ ਦੇ ਬਾਅਦ ਤੁਸੀਂ ਕੰਟੀਨਿਊ ਵੀ ਕਰ ਸਕਦੇ ਹੋ, ਤੁਸੀਂ ਛੱਡ ਵੀ ਸਕਦੇ ਹੋ। ਬਟ ਮੇਨ ਪੁਆਇੰਟ ਹੈ ਕਿ ਬਹੁਤ ਵਧੀਆ ਜੌਬ ਹੈ, ਤੁਹਾਨੂੰ ਪ੍ਰਾਊਡ ਫੀਲ ਹੁੰਦਾ, ਬੈਨੀਫਿਟ ਬਹੁਤ ਜ਼ਿਆਦਾ ਨੇ ਤੁਹਾਡੀ ਫੈਮਿਲੀ ਲਈ, ਤੁਹਾਡੇ ਲਈ ਇੱਕ ਜੋ ਬੈਨੀਫਿਟ ਮਿਲਦੇ ਨੇ ਉਹ ਤੁਹਾਨੂੰ ਕੋਈ ਹੋਰ ਦੂਸਰੀ ਜੌਬ ਨਹੀਂ ਦੇ ਸਕਦੇ। ਆਪਾਂ ਸ਼ੁਰੂ ਕਰਦੇ ਹਾਂ ਕਿ ਐਂਟਰੀ ਦੇ ਮੈਥਡ ਕੀ ਨੇ, ਕਿ ਤੁਹਾਡਾ ਆਸਟ੍ਰੇਲੀਅਨ ਸਿਟੀਜ਼ਨ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਪਰਮਾਨੈਂਟ ਰੈਜ਼ੀਡੈਂਸ ਹੋ ਜੇ ਤਾਂ ਤੁਹਾਨੂੰ ਇਹ ਜੌਬ ਨਹੀਂ ਮਿਲ ਸਕਦੀ। ਤੁਸੀਂ ਥੋੜ੍ਹੀ ਦੇਰ ਵੇਟ ਕਰ ਲਓ, ਉਨੀ ਦੇਰ ਤੁਸੀਂ ਆਪਣਾ ਮੈਡੀਕਲ ਫਿਜ਼ੀਕਲ ਐਪਟੀਟਿਊਡ ਟੈਸਟ ਦੀ ਤਿਆਰੀ ਕਰ ਲਓ। ਆਰਮੀ ਜਿਹੜੀ ਹੈ ਜਾਂ ਏਅਰਫੋਰਸ ਹੈ ਜਾਂ ਨੇਵੀ, ਇਹ 2 ਕੈਟੇਗਰੀਆਂ 'ਚ, ਪਹਿਲੀ ਇੱਕ ਹੈਗੀ ਹੈ ਜਨਰਲ ਐਂਟਰੀ, ਦੂਸਰੀ ਹੈਗੀ ਆਫਿਸਰ ਐਂਟਰੀ। ਜਨਰਲ ਐਂਟਰੀ ਦੇ ਵਿੱਚ ਥੋੜ੍ਹਾ ਕਿ ਤੁਹਾਡੇ ਰੈਂਕ ਹੈ, ਜਿਹੜਾ ਤੁਹਾਡਾ ਅਹੁਦਾ ਹੈ ਉਹ ਆਫਿਸਰ ਵਾਲਾ ਨਹੀਂ ਹੁੰਦਾ, ਅਤੇ ਤੁਸੀਂ ਅਦਰ ਰੈਂਕ 'ਚ ਹੀ ਰਹਿੰਦੇ ਹੋ ਹਮੇਸ਼ਾ। ਅਤੇ ਜਿਹੜਾ ਰੈਂਕ ਨੇ ਇਹਦੇ, ਤੁਸੀਂ ਐਜ਼ ਏ ਪ੍ਰਾਈਵੇਟ ਜੁਆਇਨ ਕਰਦੇ ਹੋ, ਇਹ ਰੈਂਕ ਦਾ ਨਾਮ ਹੈ ਕਿ ਤੁਸੀਂ ਪ੍ਰਾਈਵੇਟ ਜੁਆਇਨ ਕਰਦੇ ਹੋ। ਅਤੇ ਉਸ ਤੋਂ ਬਾਅਦ ਤੁਸੀਂ ਲੈਂਡਸਕੋਪ ਬਣਵਾਉਂਦੇ, 1 ਫੀਤੀ ਲੱਗਦੀ ਤੁਹਾਡੀ, 2 ਫੀਤੀਆਂ, 3 ਫੀਤੀਆਂ, ਜਾਂ ਤੁਸੀਂ ਫੋਰਨ ਆਫਿਸਰ ਬਣ ਜਾਂਦੇ ਹੋ ਜਾਂ ਤੁਸੀਂ RSM ਬਣ ਜਾਂਦੇ ਹੋ, ਮੈਕਸੀਮਮ ਇੱਥੋਂ ਤੱਕ ਜਾਂਦੇ ਹੋ RSM ਤੱਕ। ਉਦੋਂ ਬਾਅਦ ਤੁਸੀਂ ਆਫਿਸਰ ਵਾਲੇ ਪਾਸ 'ਚ ਵੀ ਜਾ ਸਕਦੇ ਹੋ, ਉਹਦੇ ਲਈ ਤੁਹਾਨੂੰ ਟ੍ਰਾਂਸਫਰ ਕਰਨੀ ਪੈਂਦੀ। ਇਹਦੇ 'ਚ ਜਿਹੜਾ ਜਨਰਲ ਐਂਟਰੀ ਦੇ ਵਿੱਚ, ਇਹਦੇ ਆਪਾਂ ਦੇਖ ਸਕਦੇ ਹਾਂ ਕਿ ਇੱਕ ਤੁਸੀਂ ਨੋਨ ਟੈਕਨੀਕਲ ਤੁਸੀਂ ਜੁਆਇਨ ਕਰ ਸਕਦੇ। ਨੋਨ ਟੈਕਨੀਕਲ ਤੋਂ ਮਤਲਬ ਕਿ ਤੁਹਾਡੇ ਕੋਲ ਸਕਿੱਲ ਨਹੀਂ ਮਿਲੇਗਾ ਤੁਹਾਨੂੰ, ਜਸਟ ਤੁਸੀਂ ਆਰਮੀ ਦੇ ਵਿੱਚ ਇੱਕ ਜੌਬ ਕਰਦੇ ਹੋ, ਤੁਹਾਨੂੰ ਕੁਆਲੀਫਿਕੇਸ਼ਨ ਨਹੀਂ ਮਿਲੇਗੀ। ਜੇਕਰ ਤੁਸੀਂ 5 ਸਾਲ ਬਾਅਦ ਜਾਂ 10 ਸਾਲ ਬਾਅਦ ਤੁਸੀਂ ਡਿਸਾਈਡ ਕਰਦੇ ਕਿ ਮੈਂ ਜੌਬ ਛੱਡਣੀ ਹੈ, ਤੁਹਾਨੂੰ ਸਿਵਿਲੀਅਨ ਲਾਈਫ ਦੇ ਵਿੱਚ ਜਾ ਕੇ ਕੋਈ ਵਧੀਆ ਜੌਬ ਨਹੀਂ ਮਿਲੇਗੀ। ਬਟ ਜੇ ਤੁਸੀਂ ਟੈਕਨੀਕਲ ਲਾਈਨ 'ਚ ਆਉਂਦੇ ਹੋ, ਕਿ ਟੈਕਨੀਕਲ ਦੇ ਵਿੱਚ ਸਾਰੀਆਂ ਸਕਿੱਲ ਵਾਲੀਆਂ ਜੌਬਾਂ ਆਉਂਦੀਆਂ ਨੇ, ਵਹੀਕਲ ਮਕੈਨਿਕ, ਪਲੰਬਰ, ਇੰਜੀਨੀਅਰ, ਸਾਈਬਰ ਸਿਕਿਉਰਿਟੀ, ਟੈਕਨੀਕਲ ਲਾਈਨ ਦੇ ਵਿੱਚ ਬਾਹਰ ਜੌਬ ਲੱਭਣੀ ਫਿਰ ਈਜ਼ੀ ਹੋ ਜਾਂਦੀ ਹੈ। ਤੀਸਰਾ ਨੰਬਰ, ਤੁਸੀਂ ਆਲਰੇਡੀ ਕੁਆਲੀਫਾਈਡ ਹੋ, ਤੁਹਾਡਾ ਜਿਹੜਾ ਟ੍ਰੇਨਿੰਗ ਜਿਹੜਾ ਪ੍ਰੋਸੈਸ ਹੈ, ਇੰਪਲੋਇਮੈਂਟ ਟ੍ਰੇਨਿੰਗ ਦਾ ਪ੍ਰੋਸੈਸ ਥੋੜ੍ਹਾ ਈਜ਼ੀ ਹੋ ਜਾਏਗਾ, ਸੌਖਾ ਹੋ ਜਾਏਗਾ, ਅਤੇ ਤੁਹਾਨੂੰ ਜੌਬ ਜਿਹੜੀ ਇੰਨੀ ਖੱਜਲ ਖੁਆਰੀ ਨਹੀਂ ਹੋਏਗੀ। ਰਿਜ਼ਰਵ ਅਤੇ ਗੈਪ ਈਅਰ, ਜਿੱਦਾਂ ਮੈਂ ਅੱਗੇ ਕਿਹਾ ਸੀ, ਰਿਜ਼ਰਵ ਜੇ ਤੁਸੀਂ ਹਫ਼ਤੇ ਸਿਰਫ 1-2 ਦਿਨ ਪਰੇਡ ਕਰਨੀ, 1-2 ਦਿਨ ਡਿਊਟੀ ਕਰਨੀ ਹੈ, ਜਾਂ ਗੈਪ ਈਅਰ ਤੁਸੀਂ 1 ਸਾਲ ਲਈ ਸਿਰਫ ਸਵਾਦ ਸਵਾਦ ਦੇਖਣਾ, ਤੋਂ ਬਾਅਦ ਤੁਸੀਂ ਜੌਬ ਛੱਡ ਦੇਣੀ। ਇਹ ਜਰਨਲ ਐਂਟਰੀ ਦੇ ਵਿੱਚ, ਇਹਦੇ 'ਚ ਤੁਹਾਡਾ ਰੈਂਕ ਇੱਜ਼ਤ ਓਨੀ ਨਹੀਂ ਰਹੇਗੀ ਜਿੰਨੀ ਆਫਿਸਰ ਦੀ ਇੱਜ਼ਤ ਹੁੰਦੀ। ਅੱਗੇ ਆ ਜਾਂਦਾ ਜੀ ਆਫਿਸਰ ਐਂਟਰੀ। ਆਫਿਸਰ ਜਿਹੜਾ ਵਿੱਚ ਜਿਹੜਾ ਰੈਂਕ ਸਟਰਕਚਰ ਹੈ, ਉਹ ਤੁਸੀਂ LT ਲੈਫਟੀਨੈਂਟ ਤੋਂ ਜੁਆਇਨ ਕਰਦੇ ਹੋ, ਫਿਰ ਤੁਸੀਂ ਕੈਪਟਨ ਮੇਜਰ ਜਾਂਦਾ। ਇਹਨਾਂ ਦੀ ਜਿਹੜੇ ਜਰਨਲ ਐਂਟਰੀ ਵਾਲੇ ਰੈਂਕ ਨੇ ਨਾ, ਇਹਨਾਂ ਸਾਰਿਆਂ ਨੂੰ ਸਲੂਟ ਮਾਰਨਾ ਪੈਂਦਾ।
ਇਹਨਾਂ ਨੂੰ ਸਲੂਟ ਵੱਜਦੇ ਨੇ ਸਾਰਿਆਂ ਨੂੰ, ਅਤੇ ਇਹਨਾਂ ਨੂੰ ਸਲੂਟ ਮਾਰਨੇ ਪੈਂਦੇ ਨੇ, ਇਹ ਫਰਕ ਹੈ ਜੀ। ਠੀਕ ਹੈ, ਇਹ ਜੁਆਇਨ ਕਰਨ ਲਈ ਤੁਹਾਡਾ ਜਿਹੜਾ ਮਾਇੰਡ ਹੈ, ਤੁਹਾਡੀਆਂ ਕੁਆਲੀਫਿਕੇਸ਼ਨ ਲਈ ਤੁਸੀਂ ਪੂਰੇ ਇੰਟੈਲੀਜੈਂਟ ਹੋਣੇ ਚਾਹੀਦੇ ਹੋ। ਬੇਸਿਕਲੀ ਤੁਸੀਂ ਦਿਮਾਗੀ ਬੰਦਿਆਂ ਨੂੰ ਇਹ ਔਫਿਸਰ ਐਂਟਰੀ ਮਿਲਦੀ ਹੈ, ਜਿਹੜੇ ਮਤਲਬ ਮਾਤੜ ਹੁੰਦੇ ਨੇ ਵਿਚਾਰੇ, ਉਹਨਾਂ ਨੂੰ ਮਿਲਦੀ ਹੈ ਅਦਰ ਰੈਂਕ ਵਾਲੀ ਜੋਬ। ਇਹਦਾ ਵੀ ਅੱਗੇ ਪ੍ਰੋਸੈਸ, ਇਹਦਾ ਥੋੜ੍ਹੇ ਕਈ ਪ੍ਰੋਸੈਸ ਨੇ ਕਿ ਨੇ ਰੋਇਲ ਆਸਟ੍ਰੇਲੀਅਨ ਨੇਵੀ ਕੋਲਜ ਜਾਣਾ ਤੁਸੀਂ, ਏਅਰਫੋਰਸ ਕੋਲਜ ਜਾਣਾ ਜਾਂ ਡਾਂਟਰੂਨ ਜਾਣਾ, ਡਾਇਰੈਕਟ ਐਂਟਰੀ ਲੈਣੀ ਜਾਂ ਗੈਪ ਈਅਰ। ਜੇਕਰ ਤੁਸੀਂ ਹਾਇਰ ਹਾਈ ਸਕੂਲ ਕੀਤਾ ਜਾਂ ਤੁਹਾਡੇ ਬੱਚੇ ਨੇ ਹੁਣੇ ਉਹਨੇ 15-16 ਸਾਲ ਉਮਰ ਹੈ ਤੁਹਾਡੇ ਬੱਚੇ ਦੀ, ਅਤੇ ਆਸਟ੍ਰੇਲੀਅਨ ਸਿਟੀ ਜਾਣੇ, ਉਹਨੂੰ ਕੋਈ ਡਾਇਰੈਕਸ਼ਨ ਨਹੀਂ ਮਿਲ ਪਾ ਰਹੀ, ਅਤੇ ਉਹਦੇ ਲਈ ਸਭ ਤੋਂ ਬੈਸਟ ਹੈ ਐਡਫਾ। ਐਡਫਾ ਦੇ ਵਿੱਚ ਤੁਸੀਂ ਜਾਓ, ਉੱਥੇ ਆਪਣੀ 3 ਸਾਲ ਡਿਗਰੀ ਕਰੋ। ਆਰਮੀ ਹੀ ਤੁਹਾਡੀ ਡਿਗਰੀ ਦਾ ਪੇ ਕਰੇਗੀ ਜਾਂ ਤੁਹਾਡੇ ਬੱਚੇ ਦੀ ਡਿਗਰੀ ਦਾ ਪੇ ਕਰੇਗੀ। ਡਾਂਟਰੂਨ ਇਹ ਮਤਲਬ ਸਿਰਫ ਔਫਿਸਰ ਦੀ ਟ੍ਰੇਨਿੰਗ ਇੱਥੇ ਹੁੰਦੀ ਹੈ। ਗ੍ਰੈਜੂਏਟ ਐਂਟਰੀ ਜੇ ਤੁਸੀਂ ਔਲਰੇਡੀ ਗ੍ਰੈਜੂਏਸ਼ਨ ਹੈ ਤਾਂ ਤੁਹਾਨੂੰ ਆ ਡਾਂਟਰੂਨ ਵਾਲੀ ਟ੍ਰੇਨਿੰਗ ਤੋਂ ਛੁਟਕਾਰਾ ਮਿਲ ਜਾਂਦਾ, ਜਾਂ ਆ ਡਿਫੈਂਸ ਵਾਲੀ 3 ਸਾਲ ਦੀ ਟ੍ਰੇਨਿੰਗ ਤੋਂ ਛੁਟਕਾਰਾ ਮਿਲ ਜਾਂਦਾ। ਤੁਸੀਂ ਆ ਗਏ ਰਿਕਰੂਟਮੈਂਟ ਪ੍ਰੋਸੈਸ। ਰਿਕਰੂਟਮੈਂਟ ਪ੍ਰੋਸੈਸ ਦੇ ਲਈ 6 ਸਟੈਪ ਨੇ ਆਪਣੇ, 6 ਸਟੈਪ ਦੇ ਅੱਗੇ ਹਰ ਇੱਕ ਸਟੈਪ ਦੇ ਅੱਗੇ 3-4 ਸਟੈਪ ਨੇ। ਇਸ ਲਈ ਮੈਂ ਰੈਕਮੈਂਡ ਕਰਾਂਗਾ ਕਿ ਤੁਸੀਂ ਇਹ ਮੇਰੀ ਇਹ ਵੀਡੀਓ ਵੀ ਦੇਖੋ ਅਤੇ ਗੂਗਲ ਟਾਸਕ ਐਪ ਤੁਸੀਂ ਡਾਊਨਲੋਡ ਕਰੋ, ਇਹ ਵੀਡੀਓ ਦੇਖੋ। ਉਹਦੇ 'ਚ ਮੈਂ ਐਕਸਪਲੇਨ ਕੀਤਾ ਕਿ ਤੁਸੀਂ ਗੂਗਲ ਟਾਸਕ ਨਾਲ ਆਪਣੇ ਗੋਲ ਅਚੀਵ ਕਰ ਸਕਦੇ, ਕਿਵੇਂ ਆਪਣੇ ਟਾਸਕ ਕੰਪਲੀਟ ਕਰ ਸਕਦੇ। ਸੋ ਸਟੈਪ 1 ਹੈਗਾ ਆਪਣਾ ਅਪਲਾਈ ਔਨਲਾਈਨ ਜਾਂ ਕੋਲ 1-3-1-9-0-1। ਮੈਂ ਰੈਕਮੈਂਡ ਕਰਾਂਗਾ ਕਿ ਤੁਸੀਂ ਔਨਲਾਈਨ ਉਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ, ਉੱਥੇ ਅਪਲਾਈ ਕਰੋ, ਜਾਂ ਤੁਸੀਂ ਲੋਕਲ ਡਿਫੈਂਸ ਫੋਰਸ ਰਿਕਰੂਟਿੰਗ ਸੈਂਟਰ ਹੁੰਦਾ ਉੱਥੇ ਤੁਸੀਂ ਜਾਓ, ਉੱਥੇ ਪਰਸਨਲੀ ਜਾ ਕੇ ਉਹਨਾਂ ਨੂੰ ਮਿਲ ਕੇ ਆਓ ਅਤੇ ਉੱਥੇ ਅਪਲਾਈ ਕਰਕੇ ਆਓ। ਜਦੋਂ ਤੁਸੀਂ ਅਪਲਾਈ ਕਰੋਗੇ ਜਾਂ ਉਹਨਾਂ ਨੂੰ ਕੋਲ ਕਰੋਗੇ, ਉਹ ਤੁਹਾਨੂੰ ਇੱਕ ਕੈਂਡੀਡੇਟ ਹੱਬ ਦੀ ਤੁਹਾਨੂੰ ਐਕਸੈਸ ਦੇ ਜਾਣਗੇ। ਉਹਦੇ ਤੁਸੀਂ ਆਪਣੇ ਸਾਰੇ ਮਤਲਬ ਬੇਸਿਕ ਇਨਫੋਰਮੇਸ਼ਨ ਪਾਣੀ ਹੈ, ਹੋਬੀਜ਼ ਪਾਣੀਆਂ ਨੇ, ਆਪਣੇ ਬੇਸਿਕ ਜਿਹੜਾ ਬਾਇਓਡਾਟਾ ਤੁਸੀਂ ਐਂਟਰ ਕਰਨਾ ਹੈ। ਤੁਸੀਂ ਡਰਾਈਵਰ ਲਾਇਸੈਂਸ ਹੋ ਗਿਆ, ਸਿਟੀਜ਼ਨਸ਼ਿਪ ਹੋ ਗਈ, ਬਰਥ ਸਰਟੀਫਿਕੇਟ ਹੋ ਗਿਆ, ਸਾਰੀਆਂ ਚੀਜ਼ਾਂ ਤੁਸੀਂ ਉਹਦੇ 'ਚ ਅਪਲੋਡ ਕਰਨੀਆਂ ਨੇ। ਅਤੇ ਸਾਰੇ ਜਿੰਨੇ ਵੀ ਤੁਸੀਂ ਡਾਕੂਮੈਂਟ ਅਪਲੋਡ ਕਰਨੇ ਨੇ ਉਹਨਾਂ ਨੂੰ ਤੁਸੀਂ JP ਤੋਂ ਟੈਸਟਡ ਕਰਾ ਕੇ ਹੀ ਅਪਲੋਡ ਕਰਨੇ ਨੇ, ਸਰਟੀਫਾਈਡ ਕਰਾ ਕੇ ਹੀ ਅਪਲੋਡ ਕਰਨੇ ਨੇ। ਸਟੈਪ 2 ਦੇ ਵਿੱਚ ਆਪਣਾ ਹੈਗਾ ਯੂ ਸੈਸ਼ਨ। ਯੂ ਸੈਸ਼ਨ ਤੁਹਾਡੇ ਬਾਰੇ ਇੱਕ ਸੈਸ਼ਨ ਹੈ, ਉਹਨਾਂ ਨੂੰ ਕੀ ਚਾਹੀਦਾ ਅਤੇ ਤੁਹਾਨੂੰ ਕੀ ਚਾਹੀਦਾ ਆਰਮੀ ਦੇ ਕੋਲੋਂ ਜਾਂ ਏਅਰਫੋਰਸ ਦੇ ਕੋਲੋਂ। ਉਹਦੇ ਤੁਹਾਡੀਆਂ ਜੋਬ ਓਪਰਚੁਨਿਟੀ ਅਸੈਸਮੈਂਟ ਹੁੰਦੀ। ਜੋਬ ਓਪਰਚੁਨਿਟੀ ਅਸੈਸਮੈਂਟ ਕੀ ਹੈ, ਜਿਹੜਾ ਕਿ ਸਟੈਪ ਕਾਇੰਡ ਆਫ 3 ਅਤੇ 2 ਦੇ ਵਿੱਚ ਮਿਕਸ ਹੈ, ਮਲਟੀਪਲ ਚੋਇਸ ਕੁਐਸਚਨ ਹੁੰਦੇ ਨੇ। ਇਹਦੇ 'ਚ ਕੀ ਹੁੰਦਾ ਕਿ ਇੱਕ ਮੈਥ ਹੁੰਦਾ, ਇੰਗਲਿਸ਼ ਹੁੰਦਾ ਅਤੇ ਰੀਜਨਿੰਗ ਹੁੰਦਾ। ਇਹਦੇ 'ਚ ਤੁਹਾਡਾ ਜਿਹੜਾ ਜੋਬ ਓਪਰਚੁਨਿਟੀ ਅਸੈਸਮੈਂਟ ਹੁੰਦੀ, ਇਹਦੇ 'ਚ ਤੁਹਾਡਾ ਬੇਸਿਕਲੀ ਤੁਹਾਡਾ ਬ੍ਰੇਨ ਚੈੱਕ ਕਰਦੇ ਨੇ ਕਿ ਤੁਹਾਡਾ ਬ੍ਰੇਨ ਹੈ ਜਿਹੜਾ ਉਹ ਕਿੰਨੇ ਕੁ ਫਾਸਟ ਕੰਮ ਕਰਦਾ, ਕਿੰਨੀ ਕੁ ਫਾਸਟ ਰਿਐਕਸ਼ਨ ਦਿੰਦਾ ਅਤੇ ਕਿੰਨਾ ਸਹੀ ਰਿਐਕਸ਼ਨ ਦਿੰਦਾ, ਕਿੱਦਾਂ ਡਿਸੀਜਨ ਲੈਂਦਾ, ਗਲਤ ਡਿਸੀਜਨ ਲੈਂਦਾ ਜਾਂ ਸਹੀ ਡਿਸੀਜਨ ਲੈਂਦਾ, ਨਰਵਸ ਹੁੰਦਾ ਜਾਂ ਮਤਲਬ ਕਿੱਦਾਂ ਤੁਹਾਡਾ ਬੇਸਿਕਲੀ ਬ੍ਰੇਨ ਜਿਹੜਾ ਉਹ ਕੰਮ ਕਰਦਾ। ਉਹ ਟੈਸਟ ਕਰਨ ਤੋਂ ਬਾਅਦ ਉਹ ਤੁਹਾਨੂੰ ਜੋਬ ਓਪਰਚੁਨਿਟੀਆਂ ਦੀ ਤੁਹਾਨੂੰ ਲਿਸਟ ਦੇਣਗੇ। ਫੋਰ ਐਗਜ਼ਾਂਪਲ, ਜੇ ਤੁਹਾਡੇ ਟੈਸਟ ਦੇ ਵਿੱਚੋਂ 60 ਨੰਬਰ ਆਏ ਤਾਂ ਉਹ 60 ਨੰਬਰ ਤੱਕ ਵਾਲੀਆਂ ਹੀ ਜੋਬਾਂ ਤੁਹਾਨੂੰ ਔਫਰ ਕਰਨਗੇ, ਜੇ 40 ਨੰਬਰ ਆਏ ਤਾਂ 40 ਨੰਬਰ ਤੱਕ ਵਾਲੀਆਂ ਜੋਬਾਂ ਹੀ ਔਫਰ ਕਰਨਗੇ। ਸੋ ਇਸ ਟੈਸਟ ਦੇ ਵਿੱਚ ਪਾਸ ਜਾਂ ਫੇਲ ਨਹੀਂ ਹੈ, ਨਰਵਸ ਹੋਣ ਦੀ ਕੋਈ ਗੱਲ ਨਹੀਂ ਹੈਗੀ। ਪਹਿਲਾਂ ਮੇਰੇ ਖਿਆਲ 100 ਕੁਐਸਚਨ ਹੁੰਦੇ ਸੀ, ਉਹਨਾਂ ਨੇ 50 ਕਰਤੇ ਨੇ, ਅੱਧੇ ਘੰਟੇ ਦਾ ਟੈਸਟ ਕਰਤਾ, ਪਹਿਲਾਂ ਘੰਟੇ ਦਾ ਹੁੰਦਾ ਸੀ, ਅਤੇ ਸਾਰੇ ਦੇ ਸਾਰੇ ਕੁਐਸਚਨ ਤੁਸੀਂ ਆਨਸਰ ਜ਼ਰੂਰ ਕਰਨੇ ਨੇ। ਜਿਹੜਾ ਔਖੇ ਕੁਐਸਚਨ ਉਹਨਾਂ ਤੁਸੀਂ ਟਾਈਮ ਜ਼ਿਆਦਾ ਨਹੀਂ ਵੇਸਟ ਕਰਨਾ, ਪਹਿਲਾਂ ਸੌਖੇ ਕਰ ਲਓ ਤਾਂ ਕਿ ਤੁਸੀਂ ਮੈਕਸੀਮਮ ਜਿਹੜੇ ਕੁਐਸਚਨਾਂ ਦੇ ਆਨਸਰ ਦੇ ਸਕੋ। ਇਹ ਟੈਸਟ ਦੇਣ ਤੋਂ ਬਾਅਦ ਤੁਹਾਨੂੰ ਉਹਨਾਂ ਨੇ ਲਿਸਟ ਦੇ ਦੇਣੀ ਕਿ ਹਾਂ ਵੀ ਤੁਸੀਂ ਇਹ ਜੋਬਾਂ ਅਪਲਾਈ ਕਰ ਸਕਦੇ ਹੋ, ਵੀ ਜੋ ਲਿਸਟ 'ਚ ਜੋਬਾਂ ਹੋਣਗੀਆਂ ਉਹੀ ਤੁਸੀਂ ਅਪਲਾਈ ਕਰ ਸਕਦੇ, ਜਿਹੜੀਆਂ ਨਹੀਂ ਹੋਣਗੀਆਂ ਉਹ ਤੁਸੀਂ ਨਹੀਂ ਕਰ ਸਕਦੇ। ਫੋਰ ਐਗਜ਼ਾਮਪਲ, ਤੁਹਾਡੇ 60 ਨੰਬਰ ਆ ਗਏ ਅਤੇ ਔਫਿਸਰ ਦੀ ਕੋਈ ਵੀ ਜੋਬ, ਜਿੱਦਾਂ ਮੈਂ ਕਿਹਾ ਸੀ ਜਰਨਲ ਐਂਟਰੀ ਹੈ, ਦੂਸਰੀ ਆਪਸ਼ਨ ਹੈ ਔਫਿਸਰ ਐਂਟਰੀ, ਔਫਿਸਰ ਐਂਟਰੀ ਦੀ ਕੋਈ ਵੀ ਜੋਬ ਉਹ 60 ਨੰਬਰ ਤੱਕ ਨਹੀਂ ਹੈਗੀ ਤਾਂ ਤੁਸੀਂ ਔਫਿਸਰ ਦੇ ਲਈ ਨਹੀਂ ਅਪਲਾਈ ਕਰ ਸਕਦੇ, ਤੁਹਾਨੂੰ ਜਰਨਲ ਐਂਟਰੀ ਹੀ ਅਪਲਾਈ ਕਰਨੀ ਪਏਗੀ। ਅਸੈਸਮੈਂਟ ਦੇ ਰਿਜ਼ਲਟ ਨੂੰ 12-24 ਘੰਟੇ ਲੱਗ ਜਾਂਦੇ ਨੇ, ਉਹ ਲੱਗਣ ਤੋਂ ਬਾਅਦ ਤੁਹਾਨੂੰ ਇੱਕ ਆਏਗਾ ਕਰੀਅਰ ਕੋਚ ਦਾ ਫੋਨ ਆਏਗਾ, ਉਹ ਕਰੀਅਰ ਕੋਚ ਤੁਹਾਡੇ ਨਾਲ ਸਾਰੀ ਚੀਜ਼ਾਂ ਡਿਸਕਸ ਕਰੇਗਾ ਵੀ ਇਹ ਜੋਬਾਂ ਨੇ, ਤੁਸੀਂ ਇਹ ਜੋਬਾਂ ਅਪਲਾਈ ਕਰ ਸਕਦੇ ਹੋ। ਫੋਰ ਐਗਜ਼ਾਮਪਲ, ਤੁਹਾਡੇ ਕੋਲ ਆਲਰੇਡੀ IT ਦਾ ਡਿਪਲੋਮਾ ਹੈ ਜਾਂ IT ਡਿਗਰੀ ਹੈ, ਬਟ ਤੁਹਾਡੀ ਜਿਹੜੀ ਜੋਬ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ IT ਰਿਲੇਟਡ, ਉਹ ਤੁਹਾਡੀ ਅਸੈਸਮੈਂਟ ਦੇ ਵਿੱਚ ਨਹੀਂ ਆਏ, ਸੋ ਤੁਸੀਂ ਕੋਚ ਨੂੰ ਕਹਿਣਾ ਕਿ ਮੈਂ ਡੈਫੀਨੇਟਲੀ ਆਪਣੀ IT ਦੀ ਹੀ ਜੋਬ ਕਰਨੀ, ਮੈਂ ਆਪਣੀ ਟ੍ਰੇਡ ਨਹੀਂ ਛੱਡਣਾ ਚਾਹੁੰਦਾ, ਸੋ ਪਲੀਜ਼ ਮੈਨੂੰ ਗਾਈਡ ਕਰੋ। ਤੁਸੀਂ ਆਪਣੇ ਡਿਸੀਜਨ 'ਤੇ ਸਟਿੱਕ ਰਹਿਣਾ, ਤਾਂ ਉਹ ਕਈ ਵਾਰ ਥੋੜ੍ਹਾ ਬਹੁਤਾ
ਅੱਗਾ ਪਿੱਛਾ ਕਰ ਲੈਂਦੇ ਨੇ। ਬੇਸ਼ੱਕ ਤੁਹਾਡੀ ਜੋਬ ਲਿਸਟ ਦੇ ਵਿੱਚ ਨਹੀਂ ਹੈਗੀ, ਬਟ ਉਹ ਕਈ ਵਾਰ ਤੁਹਾਨੂੰ ਜੋਬ ਔਫਰ ਕਰ ਦਿੰਦੇ ਨੇ ਤੁਹਾਡੀ ਕੁਆਲੀਫਿਕੇਸ਼ਨ ਦੇਖ ਕੇ। ਉਹਦੇ ਨਾਲ ਡਿਸਕਸ ਕਰਨ ਤੋਂ ਬਾਅਦ ਕਰੀਅਰ ਕੋਚ ਉਹ ਵਾਇਆ ਈਮੇਲ ਤੁਹਾਨੂੰ ਮੈਡੀਕਲ ਦਾ ਕੁਐਸਚਨਨੇਅਰ ਭੇਜੇਗਾ। ਉਹਦੇ ਵਿੱਚ ਤੁਸੀਂ ਸਾਰਾ ਕੁਛ ਟਿਕ ਕਰਨਾ ਹੈ ਕਿ ਤੁਹਾਨੂੰ ਕੋਈ ਬਿਮਾਰੀ ਤਾਂ ਨਹੀਂ, ਤੁਸੀਂ ਨਸ਼ਾ ਤਾਂ ਨਹੀਂ ਕਰਦੇ, ਦਾਰੂ ਕੀ ਨਹੀਂ ਪੀਂਦੇ, ਸਿਗਰਟਾਂ ਦੀ ਨਹੀਂ ਪੀਂਦੇ ਜਾਂ ਕੁਛ। ਉਹਦੇ 'ਚ ਜ਼ਿਆਦਾ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਜੇ ਤਾਂ ਤੁਸੀਂ ਕੋਈ ਤਕੜੀ ਡਰੱਗ ਲੈਂਦੇ ਹੋ ਉਹ ਤਾਂ ਉਹਨਾਂ ਨੇ ਫਾਈਂਡ ਆਊਟ ਕਰ ਹੀ ਲੈਣਾ। ਬਟ ਜੇ ਤੁਸੀਂ ਕਦੇ ਜ਼ਿੰਦਗੀ ਤੁਸੀਂ ਇਹ ਸਿਰਫ ਇੱਕ ਵਾਰੀ ਫੀਮ ਕਰਦੀ ਸੀ ਜਾਂ ਕੋਈ ਐਸਾ ਨਸ਼ਾ ਕਰਦਾ ਸੀ, ਤਾਂ ਕਦੀ ਕਦਾਰ ਵਾਲੀਆਂ ਚੀਜ਼ਾਂ ਤੁਸੀਂ ਵਿੱਚ ਤੁਹਾਨੂੰ ਇੰਨੀਆਂ ਭਰਨ ਦੀ ਲੋੜ ਨਹੀਂ ਹੈਗੀ। ਬਾਕੀ ਮਾੜੀ ਮੋਟੀ ਖਰੋਚ ਖਰੂਚ ਸੱਟਾਂ ਫਿੱਟਾਂ ਸਾਰਿਆਂ ਦੇ ਲੱਗਦੇ ਰਹਿੰਦੇ ਨੇ ਆਪਣੀ ਜ਼ਿੰਦਗੀ ਵਿੱਚ, ਸੋ ਡਿਟੇਲ ਦੇ ਵਿੱਚ ਤੁਹਾਨੂੰ ਇੰਨੀ ਟੈਨਸ਼ਨ ਵਾਲੀ ਨਹੀਂ ਗੱਲ ਹੈ ਕਿ ਤੁਸੀਂ ਡਿਟੇਲ ਦੇ ਵਿੱਚ ਹਰ ਇੱਕ ਕੁਐਸਚਨ ਦਾ ਆਨਸਰ ਦੇਣਾ। ਬਟ ਮੇਜਰ ਜੋ ਤੁਹਾਨੂੰ ਪ੍ਰੋਬਲਮ ਨੇ ਤਾਂ ਉਹਨਾਂ ਨਾਲ ਤੁਸੀਂ ਉਹਨਾਂ ਨਾਲ ਜ਼ਰੂਰ ਡਿਸਕਸ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ, ਤਾਂ ਕਿ ਉਹਨਾਂ ਨੂੰ ਤੁਹਾਡੇ 'ਤੇ ਯਕੀਨ ਹੋ ਸਕੇ ਕਿ ਤੁਸੀਂ ਸੱਚ ਬੋਲਦੇ ਹੋ। ਅੱਗੇ ਸਟੈਪ 3 ਆ ਜਾਂਦਾ ਕਿ ਅਟੈਂਡ ਅਸੈਸਮੈਂਟ ਸੈਸ਼ਨ। ਅਟੈਂਡ ਅਸੈਸਮੈਂਟ ਸੈਸ਼ਨ ਦੇ ਵਿੱਚ ਇੱਥੋਂ ਤੱਕ ਤੁਹਾਡਾ ਤੁਸੀਂ ਆਪਣੀ ਜੋਬਾਂ ਵੀ 3 ਪਿੱਕ ਕਰਦੀਆਂ ਨੇ ਕਿ ਮੈਂ ਇਹ 3 ਜੋਬਾਂ ਡਿਸਾਈਡ ਕਰਨੀਆਂ, ਇਹ ਕਰਨੀਆਂ ਚਾਹੁੰਦਾ, ਮੈਂ ਏਅਰਫੋਰਸ ਜਾਣਾ ਚਾਹੁੰਦਾ ਜਾਂ ਆਰਮੀ ਜਾਣਾ ਚਾਹੁੰਦਾ ਜਾਂ ਆਫਿਸਰ ਸਿਲੈਕਸ਼ਨ 'ਚ ਜਾਣਾ ਚਾਹੁੰਦਾ, ਅਤੇ ਤੁਸੀਂ ਉਹਨਾਂ ਨੂੰ ਮੈਡੀਕਲ ਜਿਹੜਾ ਆਪਣਾ ਉਹ ਕੁਐਸਚਨਨੇਅਰ ਸਬਮਿਟ ਕਰਦੇ ਨੇ। ਇਹਦੇ ਵਿੱਚ ਸਟੈਪ 3 ਦੇ ਵਿੱਚ ਕੀ ਹੁੰਦਾ ਕਿ ਤੁਹਾਡਾ ਇੱਕ ਤਾਂ ਮੈਡੀਕਲ ਅਸੈਸਮੈਂਟ ਹੁੰਦੀ ਹੈ, ਸਾਈਕੋਲੋਜੀਕਲ ਇੰਟਰਵਿਊ ਹੁੰਦੀ ਤੁਹਾਡੀ, ਅਤੇ ADF ਇੰਟਰਵਿਊ ਹੁੰਦੀ। ਮੈਡੀਕਲ ਅਸੈਸਮੈਂਟ ਦੇ ਵਿੱਚ ਉਹ ਤੁਹਾਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਡਿਟੇਲ 'ਚ ਚੈੱਕ ਕਰਦੇ ਨੇ, ਪਰ ਉਹਨਾਂ ਨੇ ਡਿਟੇਲ 'ਚ ਤੁਹਾਨੂੰ ਤੁਹਾਡੇ ਗੁਪਤ ਅੰਗ ਵਗੈਰਾ ਸਾਰਾ ਕੁਛ ਉਹਨਾਂ ਨੇ ਚੈੱਕ ਕਰਨਾ। ਉਸ ਵਕਤ ਤੁਹਾਡਾ ਬਲੱਡ ਟੈਸਟ ਵੀ ਲੈਣ, ਬਟ ਯੂਰਿਨ ਟੈਸਟ ਤਾਂ ਡੈਫੀਨੇਟਲੀ ਲੈਂਦੇ ਨੇ ਉਹ ਕਿ ਤੁਹਾਨੂੰ ਕੋਈ ਮੇਜਰ ਬਿਮਾਰੀ ਤਾਂ ਨਹੀਂ ਤੁਹਾਡੇ ਕੁਛ, ਮਤਲਬ ਯੂਰੀਨ ਦੇ ਵਿੱਚੋਂ ਬਲੱਡ ਤਾਂ ਨਹੀਂ ਆਉਂਦਾ ਜਾਂ ਮਤਲਬ ਕੋਈ ਇਹੋ ਜਿਹੀ ਕੋਈ ਮੇਜਰ ਪ੍ਰੋਬਲਮ ਤਾਂ ਨਹੀਂ ਜਿਹੜੀ ਕਿ ਤੁਹਾਨੂੰ ਅੱਗੇ ਜਾ ਕੇ ਤੰਗ ਕਰੇਗੀ। ਇੱਥੇ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਜੇਕਰ ਤੁਹਾਡੀ ਨਿਗਾਹ ਘੱਟ ਹੈ ਤਾਂ ਇਹ ਤੁਹਾਨੂੰ ਵਰੀ ਕਰਨ ਵਾਲੀ ਕੋਈ ਗੱਲ ਨਹੀਂ ਹੈ ਕਿ ਤੁਸੀਂ ਐਨਕਾਂ ਲਾ ਕੇ ਵੀ ਜੋਬ ਕਰ ਸਕਦੇ ਹੋ, ਟ੍ਰੇਨਿੰਗ ਕਰ ਸਕਦੇ, ਸਾਰਾ ਕੁਛ ਕਰ ਸਕਦੇ। ਦੂਸਰਾ ਨੰਬਰ ਸਵਾਲ ਕਈਆਂ ਹੁੰਦਾ ਕਿ ਏਜ ਲਿਮਿਟ ਕੀ। ਹਰ ਇੱਕ ਜੋਬ ਦੀ ਜਿਹੜੀ ਏਜ ਲਿਮਿਟ ਹੈ ਉਹ ਡਿਫਰੈਂਟ ਹੈ। ਕਈ ਜੋਬਾਂ ਦੀ ਏਜ ਲਿਮਿਟ ਸਿਰਫ 25 ਸਾਲ ਹੈ, ਕਈਆਂ ਦੀ 33 ਸਾਲ ਹੈ, ਕਈਆਂ ਦੀ 50 ਸਾਲ ਤੱਕ ਵੀ ਹੈਗੀ। ਸੋ ਉਹ ਤੁਹਾਨੂੰ ਕੋਚ ਦੱਸੇਗਾ, ਮਤਲਬ ਜਿਹੜੀ ਤੁਸੀਂ ਜੋਬ ਅਪਲਾਈ ਕਰਨਾ ਚਾਹੁੰਦੇ ਹੋ ਕੋਚ ਦੱਸੇਗਾ ਤੁਹਾਨੂੰ, ਕਰੀਅਰ ਕੋਚ, ਕਿ ਹਾਂ ਵੀ ਇਹ ਜਿਹੜੀ ਤੁਸੀਂ ਜੋਬ ਅਪਲਾਈ ਕਰਨਾ ਚਾਹੁੰਦੇ ਤੁਹਾਡੀ ਜਿਹੜੀ ਏਜ ਉਹ ਲਿਮਿਟ ਕਰੋਸ ਕਰ ਚੁੱਕੀ ਹੈ, ਇਸ ਕਰਕੇ ਤੁਸੀਂ ਕੋਈ ਹੋਰ ਜੋਬ ਪਿੱਕ ਕਰ ਲਓ। ਮੈਡੀਕਲ ਅਸੈਸਮੈਂਟ ਹੋ ਗਈ। ਸਾਈਕੋਲੋਜੀਕਲ ਇੰਟਰਵਿਊ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਉਹ ਤੁਹਾਨੂੰ ਚੈੱਕ ਕਰਦੇ ਨੇ ਕਿ ਤੁਹਾਡੇ ਕੋਈ ਮੇਜਰ ਸਟ੍ਰੈਸ ਇਸ਼ੂ ਤਾਂ ਨਹੀਂ ਹੈਗਾ, ਤੁਹਾਨੂੰ ਡਿਪਰੈਸ਼ਨ ਜਾਂ ਐਂਗਜ਼ਾਇਟੀ ਤਾਂ ਨਹੀਂ ਹੈਗਾ, ਤੁਹਾਨੂੰ ਤੁਹਾਡੇ 'ਤੇ ਹਜ਼ਾਰਾਂ ਲੱਖਾਂ ਡਾਲਰ ਦਾ ਕਰਜ਼ਾ ਤਾਂ ਨਹੀਂ ਹੈਗਾ ਕਿ ਉਸ ਜੋ ਕਿ ਕੌਨਵੈਲਥ ਦਾ ਨਾਂ ਜਾਂ ਆਰਮੀ ਦਾ ਨਾਂ ਕੱਲ੍ਹ ਬਦਨਾਮ ਹੋਏ। ADF ਇੰਟਰਵਿਊ ਵਿੱਚ ਅਗੇਨ ਉਹੀ ਤੁਹਾਨੂੰ ਤੁਹਾਡਾ ਪਰਸਨੈਲਿਟੀ ਆ ਚੈੱਕ ਕਰਦੇ ਨੇ ਕਿ ਆਪਣੇ ਆਪ ਨੂੰ ਪ੍ਰਜੈਂਟ ਕਰਦੇ ਹੋ, ਐਵੇਂ ਚੱਪਲਾਂ ਦੇ ਵਿੱਚ ਜਾਂ ਮਤਲਬ ਜੀਨ ਪਾ ਕੇ ਤੁਸੀਂ ਆਏ ਹੋ ਆਪਣੇ ਇੰਟਰਵਿਊ ਦੇਣ, ਜਾਂ ਤੁਸੀਂ ਪ੍ਰੋਪਰ ਸੂਟ ਵੂਟ ਪਾ ਕੇ ਆਏ ਹੋ, ਥੋੜ੍ਹਾ ਪ੍ਰੋਫੈਸ਼ਨਲ ਬਣ ਕੇ ਆਏ ਹੋ। ਅਟੈਂਡ ਆਫਿਸਰ ਸਿਲੈਕਸ਼ਨ। ਫੋਰ ਇਗਜ਼ਾਮਪਲ ਤੁਸੀਂ ਸਿਲੈਕਟ ਕਰ ਲਿਆ ਕਿ ਮੈਂ ਆਫਿਸਰ ਹੀ ਭਰਤੀ ਜਾਣਾ ਚਾਹੁੰਦਾ, ਮੈਂ ਐਡਫਾ ਜਾਣਾ ਚਾਹੁੰਦਾ ਜਾਂ ਡਾਂਡਪੁਣ ਜਾਣਾ ਚਾਹੁੰਦਾ, ਉਹਦੇ ਲਈ ਤੁਹਾਡਾ ਆਫਿਸਰ ਸਿਲੈਕਸ਼ਨ ਬੋਰਡ ਹੋਏਗਾ। ਹਾਂ, ਆਫਿਸਰ ਸਿਲੈਕਸ਼ਨ ਬੋਰਡ ਦੇ ਵਿੱਚ ਹੁੰਦਾ ਕਿ ਤੁਸੀਂ ਆਫਿਸਰ ਸਿਲੈਕਸ਼ਨ ਬੋਰਡ ਅਟੈਂਡ ਕਰਦੇ ਹੋ, ਉਹਦੇ 'ਚ ਤੁਹਾਡਾ ਰਿਟਨ, ਓਰਲ, ਗਰੁੱਪ ਐਕਸਰਸਾਈਜ਼ ਅਤੇ ਪ੍ਰੈਕਟੀਕਲ ਐਕਸਰਸਾਈਜ਼ ਦਾ ਇੰਟਰਵਿਊ, ਮਤਲਬ ਪੈਨਲ ਦੇ ਨਾਲ ਇੰਟਰਵਿਊ ਹੁੰਦੀ ਹੈ। ਉਹਦੇ 'ਚ ਪੈਨਲ ਦੇ ਵਿੱਚ 3 ਤੋਂ 4 ਆਫਿਸਰ ਹੁੰਦੇ ਨੇ, ਉਹ ਤੁਹਾਨੂੰ ਚੈੱਕ ਕਰਦੇ ਨੇ, ਤੁਹਾਡਾ ਪਰਸਨੈਲਿਟੀ ਚੈੱਕ ਕਰਦੇ ਨੇ, ਤੁਹਾਡਾ ਸਾਰਾ ਕੁਛ ਵਰਬਲ, ਰਿਟਨ, ਸਾਰੀਆਂ ਚੀਜ਼ਾਂ ਚੈੱਕ ਕਰਦੇ ਨੇ, ਅਤੇ ਮਤਲਬ ਵੀ ਤੁਹਾਡੀ ਕੀ ਨੌਲੇਜ ਹੈ ਆਰਮੀ, ਤੁਸੀਂ ਆਫਿਸਰ ਕਿਉਂ ਬਣਨਾ ਚਾਹੁੰਦੇ ਹੋ, ਤੁਹਾਡੇ 'ਚ ਕੋਈ ਲੀਡਰਸ਼ਿਪ ਕੁਆਲਿਟੀਜ਼ ਹੈਗੀਆਂ ਨੇ ਕਿ ਨਹੀਂ ਹੈਗੀਆਂ, ਤੁਸੀਂ ਕਦੇ ਟੀਮ ਦੇ ਕੈਪਟਨ ਰਹੇ ਹੋ ਕਿਸੇ, ਮਤਲਬ ਕ੍ਰਿਕਟ ਟੀਮ ਦੇ, ਵੋਲੀਬਾਲ ਮਤਲਬ ਟੀਮ ਦੇ, ਜਾਂ ਕਿਸੇ ਕੈਪਟਨ ਰਹੇ ਹੋ ਕਲਾਸ, ਤੁਹਾਡੇ ਘਰ ਦੇ ਤੁਹਾਡੇ ਬਾਰੇ ਕੀ ਸੋਚਦੇ ਨੇ, ਤੁਹਾਡੇ ਟੀਚਰ ਤੁਹਾਡੇ ਬਾਰੇ ਕੀ ਸੋਚਦੇ ਨੇ, ਮਤਲਬ ਡਿਫੈਂਸ ਬਾਰੇ ਤੁਹਾਨੂੰ ਕਿੰਨੀ ਕੁ ਨੌਲੇਜ ਹੈ, ਆਰਮੀ ਬਾਰੇ ਕਿੰਨੀ ਕੁ ਨੌਲੇਜ ਹੈ, ਏਅਰਫੋਰਸ ਬਾਰੇ ਕੀ ਨੌਲੇਜ ਹੈ, ਅਤੇ ਡਿਫੈਂਸ ਕਿਵੇਂ ਮਤਲਬ ਆਪਣੀ ਕਰੰਟ ਕੰਟਰੀ ਨੂੰ ਰਿਪ੍ਰਜੈਂਟ ਕਰਦੀ ਹੈ, ਕਿਵੇਂ ਸਿਕਿਓਰ ਕਰਦੀ। ਬੇਸਿਕਲੀ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਤੁਹਾਨੂੰ ਦੇਖਣੀਆਂ ਵੀ ਸਰ ਬੇਸਿਕਲੀ ਕਿ ਲੀਡਰਸ਼ਿਪ ਰੋਲ ਦੇ ਤੁਸੀਂ ਕਾਬਿਲ ਹੈਗੇ ਹੋ ਜਾਂ ਨਹੀਂ ਹੈਗੇ, ਇਹ ਚੀਜ਼ਾਂ ਉਹਨਾਂ ਨੇ ਚੈੱਕ ਕਰਨੀਆਂ ਨੇ। ਜੇਕਰ ਤੁਸੀਂ ਸਕਸੈਸਫੁਲ ਹੋ ਜਾਂਦੇ ਹੋ ਅੱਗੇ, ਤੁਹਾਡਾ ਅੱਗੇ ਫਰਦਰ ਤੁਹਾਡਾ ਜੋ ਕਿ ਬੋਰਡ ਬੈਠੇਗਾ ਜਾਂ ਮਤਲਬ ਫਰਦਰ ਇੰਟਰਵਿਊ ਹੋਏਗੀ। ਜੇ ਤੁਸੀਂ ਅਨਸਕਸੈਸਫੁਲ ਹੋ ਤਾਂ ਤੁਹਾਨੂੰ ਕਹਿ ਦੇਣਗੇ ਵੀ ਨਹੀਂ, ਤੁਸੀਂ ਇਸ ਜੋਬ ਦੇ ਕਾਬਿਲ ਨਹੀਂ ਹੋ, ਤੁਸੀਂ ਕੋਈ ਹੋਰ ਜੋਬ ਟਰਾਈ ਕਰ ਸਕਦੇ ਹੋ। ਦੇ ਵਿੱਚ ਇਹਦੇ 'ਚ ਵੀ ਸੇਮ ADF ਇੰਟਰਵਿਊ, ਇੰਟਰਵਿਊ ਦੇ ਵਿੱਚ ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ defense.gov.au
डिफेंस जॉब सॉरी उन्होंने वैबसाइट पर जाके सारा पढ़ना है कि डिफेंस के ऑपरेशन कितने ने, डिफेंस किमें अपनी कंट्री मतलब हैल्प करती है, की करती है, की रिपार्ट ने, किन्नी मतलब आर्मी स्ट्रेंथ किन्नी है, आस्ट्रेलियन इतने कितने कितने ऑपरेशन चलते हैं, कि कंट्रियों साथ देती है नहीं साथ देती, सारी चीज़ें सर्च करके जाओ। बाद डिपेंड करता है कि ऑफिसर वाली लाइन जा रहे या तुम ऑफिसर वाली लाइन से नहीं जा रहे। जे तुम जा रहे हो तो स्टैप फोर होएगा ऑफिसर बनना चाहते हो, तो स्टैप फोर होएगा, नहीं तो सीधा तुम स्टैप फाइव से जाओगे जिते ता फिटनेस टैसट होएगा। सो मैडिकली तुम फिट हो। फिटनेस टैसट के हैगा कि अपने एक शटल रन है, पुशअप ने, सीटअप्स ने, यह तीन चीज़ों का वो टैसट करते हैं। शटल रन के होंगे कि 20 मीटर दियाँ तुम स्प्रिंट लानिया होंगे ने, टोटल डिस्टेंस होंगे 1120 मीटर, 56 स्प्रिंट होंदिया ने, मतलब 20 मीटर के दोवें पासे लाइन ते निशानी लगी होएगी। तुसी बीप टैसट जो मतलब बीप वजेगी तुसी बीप के विच विच दूसरे पासे की लाइन में जाके टच करना है, और फिर जो नैक्सट बीप वजेगी इधरले पासे की जाके लाइन में टच करना है, वो जी बीप का जो टाइमिंग है वो घटती घटती जाएगी, श्रिंक होंगी जाएगी, तो तुम्हें जी स्पीड अपनी वो थोड़ी थोड़ी वधानी पाएगी। स्लो और फास्ट तुहाडे सारे रनिंग लैवल चैक हो जाते हैं। पुशअप के बेसिकली बस तुम पुशअप लाने ने, यह कोई हार्ड नहीं है, मेरे ख्याल थोड़े ही पुशअप लाने होंगे ने। यह सारिया की एज वाइज तो मतलब मेल या फीमेल वाइज सारे के डिफरेंट ने, सो मैं इतने कोई इन दी नहीं लिखी कि किन्ने पुशअप तुम लाने। सीटअप के मेरे ख्याल 100 to 65 तो 100 पुशअप सीटअप लाने होंगे ने। बेसिकली जिदा इन्हें ते हाथ फड़े हुए हैं, इदा पैरों के उत्ते इन्हें हाथ रखे हुआ है, इदा जो पैरों के उत्ते पैर रख लेगा, तो जोड़े हाथ है मैं पिक्चर नहीं ली हाथ तुम अपने गोडिया के उत्ते रखने ने, तलिया जी अपन गोडिया उत्ते रखनिया ने। जो बीप वजेगी तो इदा सिटअप लाना है, फिर थले जाना है, फिर बीप वजेगी तो सिटअप लाना है, इदा 100 सिटअप लाने सिटअप्स। बस जी दोस्तों इतने अपना आ के जो सारिया चीज़ा कंप्लीट हो जाएगी, स्टैप 1 to 6 सारे ताे कंप्लीट हो जाएंगे, आर्मी के तुहानू कह देंगे भी 19 तरीक न ट्रेनिंग शुरू होनी है, तुसी ज्वाइन करने रेडी हो या नहीं रेडी। सो वो तुहाडा दिन होएगा जो तुहानू सर्टिफिकेट मिलेगा, हाँ भी तुसी आस्ट्रेलियन आर्मी के या एयरफोर्स के मैंबर बन चुके हो, बहुत वधिया फील करोगे, ये सर्टिफिकेट तुहानू मिलेगा, तुहानू ये ऑफिसर सर्टिफिकेट देगा, कंग्रेचुलेशन करेगा, तुसी ते अपनी फैमिली नू अपने फ्रेंड्स नू जा सकते हो। इत्थों तुहानू बसे चढ़ा देंगे ट्रेनिंग दे लई, अगे तुहाडी ट्रेनिंग होएगी, ट्रेनिंग है उत्थे तुहानू तैयार करते हैं बेसिकली कि तुसी उन्हां दे ऑर्डर मन सकते हो कि नहीं मन सकते, तुसी उन्हां दे मतलब जिन्नी तेजी नाल आर्मी आर्मी वाले बंदे नूं काम करना पैंदा उन्नी तेजी नाल तुसी काम कर सकते नहीं कर सकते, तुसी प्रेशर दे विच रह सकते कि नहीं रह सकते, तुसी ठंडी ठंड दे विच गर्मी दे विच अपने आप नूं किवें तुसी ढाल सकते कि नहीं सकते। ये 3 महीने की ट्रेनिंग होंगी, 3 महीने सानूं सारा कुछ सिखाते हैं, बंदूक चलानी, गुस्से होना, लड़ना, भज्जना, दौड़ना। प्राउड फील हुंदा जदों तुसीं अपनी ट्रेनिंग कंप्लीट करोगे, इत्थे तुसीं अपने दोस्त बनाओगे, तुहानूं बैड बनाना, खाना पीना सारा कुछ सिखाते हैं, कपड़े प्रेस करने, ए टू जैड चीज़ां तुहानूं सिखाणियां ने। सो ये दोस्तों अपने सारे स्टैप कि किवें तुसीं आस्ट्रेलियन आर्मी ज्वाइन कर सकते हो। थैंक यू और गुड लक।